ਅਸੀਂ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ 8 ਤਰੀਕ ਨੂੰ ਸਹਿਜ ਪਾਠ ਰੱਖਿਆ ਸੀ, 9 ਨੂੰ ਮੱਧ, 10 ਨੂੰ ਅੱਜ ਭੋਗ ਪਾਏ ਗਏ। ਇਹਦੇ ਵਿੱਚ ਸਾਰੀ ਕੰਟਰੀਬਿਊਸ਼ਨ ਬੱਚਿਆਂ ਦੀ ਰਹੀ ਹੈ। ਬੱਚਿਆਂ ਨੇ ਸਾਡੇ ਵੈਸੇ ਵੀ ਸਹਿਜ ਪਾਠ ਚੱਲਦੇ ਰਹਿੰਦੇ ਆ, ਬੱਚਿਆਂ ਦੇ 20 ਪਾਠ ਚੱਲ ਰਹੇ ਆ ਜਿਹੜੇ ਅੱਜ ਉਹਨਾਂ ਦਾ ਵੀ ਭੋਗ ਪਿਆ। ਬੱਚਿਆਂ ਨੂੰ ਅਲੱਗ ਅਲੱਗ ਮੁਕਾਬਲੇ ਕਰਵਾਏ ਜਾਂਦੇ ਰਹੇ ਆ, ਦਸਤਾਰਬੰਦੀ ਹੋ ਗਿਆ, ਦਵਾਲਾ ਬੰਨਣਾ ਔਰ ਰੰਗੋਲੀ ਕੰਪੀਟੀਸ਼ਨ, ਡੀਆ ਮੇਕਿੰਗ ਕੰਪੀਟੀਸ਼ਨ, ਬੈਸਟ ਆਊਟ ਆਫ ਵੇਸਟ, ਅਲੱਗ ਅਲੱਗ ਤਰ੍ਹਾਂ ਦੀਆਂ ਖੇਲਾਂ ਦੇ ਮੁਕਾਬਲੇ, ਐਕੇਡਮਿਕਸ ਮੁਕਾਬਲੇ, ਉਹ ਸਾਰੇ ਮੁਕਾਬਲੇ ਵੱਖ ਵੱਖ ਟਾਈਮ ਦੇ ਉੱਤੇ ਕਰਵਾਏ ਜਾਂਦੇ ਰਹੇ ਆ। ਅੱਜ ਸਾਰਿਆਂ ਦਾ ਇਨਾਮ ਵੰਡ ਸਮਾਰੋਹ ਸੀਗਾ, ਬੱਚਿਆਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਸਾਰੀ ਡੈਕੋਰੇਸ਼ਨ, ਸਾਰਾ ਪੰਜਾਬੀ ਵਿਰਸਾ ਜਿਹੜਾ, ਇਹ ਸਾਰਾ ਬੱਚਿਆਂ ਨੇ ਡੈਕੋਰੇਟ ਕਰਕੇ ਇਕੱਠਾ ਕਰਕੇ ਇਹ ਦਰਸਾਇਆ। ਔਰ ਮੈਨੂੰ ਬਹੁਤ ਅੱਛਾ ਲੱਗਦਾ ਕਿ ਬੱਚੇ ਸਿਰਫ ਹਰਫੀ ਨਾਲ ਨਹੀਂ, ਅਧਿਆਤਮਕ ਤੌਰ 'ਤੇ ਵੀ ਸਕੂਲ ਦੇ ਨਾਲ ਬਹੁਤ ਜੁੜੇ ਹੋਏ ਹੈ। ਔਰ ਸਿੱਖੀ ਨਾਲ ਜੋੜਨ ਦੀ ਮੇਰੀ ਪੂਰੀ ਕੋਸ਼ਿਸ਼ ਹੈ, ਕਿਉਂਕਿ ਜਦੋਂ ਬੱਚਾ ਸਪਿਰਚੁਅਲੀ ਅਟੈਚ ਹੋ ਜਾਂਦਾ ਹੈ, ਫਿਰ ਬੱਚਾ ਆਦਰ ਮਾਣ ਕਰਨਾ, ਬੰਦੇ ਨੂੰ ਬੰਦਾ ਸਮਝਣਾ, ਇਨਸਾਨੀਅਤ ਦੇ ਸਾਰੇ ਗੁਣ ਲੈਣਾ, ਉਹ ਇੱਥੇ ਹੀ ਸਿੱਖਦਾ। ਔਰ ਇਹਦੀ ਸ਼ੁਰੂਆਤ ਸਕੂਲ ਤੋਂ ਹੁੰਦੀ ਹੈ, ਜਿਹੜੀ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਸਕੂਲ ਤੋਂ ਹੀ ਇਹ ਸ਼ੁਰੂ ਕਰਾਂ ਔਰ ਬੱਚੇ ਇੱਥੋਂ ਹੀ ਗੁਣਾ ਕੇ ਕਰਾਂ। ਕੀ ਮੈਸੇਜ ਦੇਣਾ ਚਾਹੁੰਦੀ? ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਇਹ ਸਕੂਲ ਸਾਡਾ ਇਸ ਇਲਾਕੇ ਦਾ ਵਨ ਆਫ ਦਾ ਬੈਸਟ ਸਕੂਲ ਹੈ, ਜਿਹਦੇ ਵਿੱਚ ਬੱਚਿਆਂ ਨੂੰ ਪੂਰਾ ਮੌਕਾ ਦਿੱਤਾ ਜਾਂਦਾ ਹੈ ਕਿ ਉਹਨਾਂ ਨੇ ਕਿਹੜਾ ਕੰਮ ਕਿਸ ਤਰੀਕੇ ਨਾਲ ਕਿੱਦਾਂ ਕਰਨਾ ਔਰ ਆਪਣੇ ਹੱਥੀਂ ਕਿਵੇਂ ਕਰਨਾ। ਰੈਡੀਮੇਡ ਕੰਮ ਤਾਂ ਸਾਰੇ ਹੀ ਕਰਨਾ ਹੈ, ਪਰ ਇਸ ਗੱਲ ਨੂੰ ਅੱਜ ਵੀ ਸਾਰਿਆਂ ਨੇ ਪੂਰੀ ਸ਼ਲਾਘਾ ਦਿੱਤੀ ਹੈ ਕਿ ਹਾਂਜੀ ਇਹ ਸਭ ਇਸ ਤਰ੍ਹਾਂ ਹੀ ਹੋ ਰਿਹਾ। ਔਰ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਜਿਹੜਾ ਕਿ ਬੜਾ ਇੱਕ ਵੱਡਾ ਐਜੂਕੇਸ਼ਨ ਅਦਾਰਾ, ਜਿਹਦੇ ਵਿੱਚ 3-4 ਇੰਜੀਨੀਅਰਿੰਗ ਕਾਲਜ ਨੇ, 11 ਸਕੂਲ ਨੇ, ਉਹਨਾਂ ਵਿੱਚੋਂ ਸਮਰਾਲਾ ਸਕੂਲ ਦੇ ਵਿੱਚ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਕੀਤਾ ਗਿਆ। ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਬੱਚੇ ਜਿਹੜੇ ਆ ਉਹ ਧਾਰਮਿਕ ਕਿਹਨੇ ਪੱਖ ਤੋਂ ਕਿਹਨੇ ਮਜ਼ਬੂਤ ਨੇ, ਉਹ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚਿਆਂ ਨੇ ਸਾਰਾ ਸਮਾਗਮ ਜਿਹੜਾ ਇਹ ਆਪਣੀਆਂ ਰਸਮਾਂ ਜਿਹੜੀਆਂ ਧਾਰਮਿਕ ਤੌਰ 'ਤੇ ਜੋ ਜ਼ਿੰਮੇਵਾਰੀਆਂ ਲਾਈਆਂ ਬੜੀਆਂ ਬਖੂਬੀ ਨਿਭਾਈਆਂ। ਉਹ ਇਹ ਗੱਲ ਜਿਹੜੀ ਆ ਇੱਕ ਵਿਲੱਖਣ ਆ, ਅੱਜ ਦੇ ਸਮੇਂ ਇਕੱਲੀ ਅੱਖਰੀ ਵਿੱਦਿਆ ਪ੍ਰਾਪਤ ਹੁੰਦੀ ਆ, ਪਰ ਬੰਦੇ ਨੂੰ ਉਹਦੀ ਜੀਵਨ ਜਾਂਚ ਅਸਲ ਜਿਹੜੀ ਆ ਜਿਹੜੀ ਕਿ ਧਰਮ ਤੋਂ ਪ੍ਰਾਪਤ ਹੁੰਦੀ ਆ, ਉਹ ਅੱਜ ਵਾਂਝਾ ਬੱਚਾ। ਸੋ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਜਿੰਨੇ ਵੀ ਅਦਾਰੇ ਨੇ, ਉਹਨਾਂ ਅਦਾਰਿਆਂ ਵਿੱਚ ਇਹ ਇੱਕ ਸਭ ਤੋਂ ਵੱਡੀ ਵਿਲੱਖਣ ਗੱਲ ਆ ਕਿ ਬੱਚੇ ਨੂੰ ਅੱਖਰੀ ਵਿੱਦਿਆ ਦੇ ਨਾਲ ਨਾਲ ਉਹਦੀ ਜੀਵਨ ਜਾਂਚ, ਉਹਨੂੰ ਇਤਿਹਾਸ, ਉਹਨੂੰ ਕਿਨਾ ਇਖਲਾਕ ਅਤੇ ਹੋਰ ਜਿੰਨੇ ਵੀ ਬੰਦੇ ਨੂੰ ਜਿਹੜਾ ਵੱਡਾ ਉਹਦਾ ਸਤਿਕਾਰ ਕਰਨਾ, ਛੋਟੇ ਨਾਲ ਪਿਆਰ ਕਰਨਾ, ਇਹ ਚੀਜ਼ਾਂ ਜਿਹੜੀਆਂ ਸਿਖਾਈਆਂ ਜਾਂਦੀਆਂ। ਸੋ ਇਹ ਜਿਹੜਾ ਸਕੂਲ ਆ ਅੱਜ ਇਹਦਾ ਡਿਸਿਪਲਨ, ਇਹਨਾਂ ਦਾ ਪ੍ਰਬੰਧ, ਇਹਨਾਂ ਦੇ ਸਾਰੇ, ਇਹਨਾਂ ਦੇ ਸਾਡੇ ਪ੍ਰਿੰਸੀਪਲ ਸਾਹਿਬ, ਸਤਿਕਾਰਯੋਗ ਸਾਡੇ ਡਾਇਰੈਕਟਰ ਚੱਡਾ ਸਾਹਿਬ, ਜਿਹਨਾਂ ਦੀ ਬੜਾ ਵੱਡਾ ਰੋਲ ਆ ਇਸ ਸਾਰੇ ਪ੍ਰਬੰਧਾਂ ਦੇ ਵਿੱਚ, ਇਹ ਸਾਰੇ ਸਕੂਲਾਂ ਦੇ ਵਿੱਚ ਸਾਡੇ ਕਿਨਾ ਇੱਥੋਂ ਦੇ ਪ੍ਰਬੰਧਕ ਦੀ ਸਾਰੀ ਜਿਹੜੀ ਟੀਮ ਹੈ ਕਿਨਾ, ਉਹਨਾਂ ਦਾ ਸਾਰਿਆਂ ਦਾ ਬਹੁਤ ਵੱਡਾ ਰੋਲ ਆ। ਅੱਜ ਦੇਖੋ ਕਿ ਕਿੰਨਾ ਵਧੀਆ ਜਿਹੜਾ ਪ੍ਰੋਗਰਾਮ ਹੈ, ਇਹ ਚੀਜ਼ ਦਾ ਸੰਕੇਤ ਹੈ ਕਿ ਇਸ ਸਕੂਲ ਦੀ ਕਾਰਗੁਜ਼ਾਰੀ 'ਤੇ ਅੱਜ ਇਨਾਮ ਵੰਡ ਸਮਾਰੋਹ ਹੋਇਆ, ਵੱਖ ਵੱਖ ਖੇਤਰਾਂ ਦੇ ਅੰਦਰ ਬਹੁਤ ਵੱਡਾ ਇਹਨਾਂ ਨੇ ਜਿਹੜਾ ਮੁਰਾਦਮਾ ਪਾਇਆ। ਸੋ ਇਸ ਗੱਲ ਲਈ ਮੈਂ ਪ੍ਰਿੰਸੀਪਲ ਸਾਹਿਬ ਦਾ, ਸਮੁੱਚੇ ਸਟਾਫ ਦਾ ਇੱਥੇ ਰਿਣੀ ਵੀ ਹਾਂ ਅਤੇ ਇਹਨਾਂ ਨੂੰ ਇਸ ਗੱਲ ਲਈ ਧੰਨਵਾਦ ਵੀ ਦਿੰਦਾ ਕਿ ਇਹਨਾਂ ਸੰਸਥਾਵਾਂ ਨੂੰ ਉੱਪਰ ਚੁੱਕਣ ਵਾਸਤੇ ਜੋ ਅਸਲ ਮਿਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦਾ, ਉਸ ਮਿਸ਼ਨ ਨੂੰ ਪੂਰਨ ਤੌਰ 'ਤੇ ਇਹ ਕੰਮ ਕਰ ਰਹੇ ਨੇ। ਖਾਸ ਤੌਰ 'ਤੇ ਇਲਾਕੇ ਦੇ ਲੋਕ ਜਿਹੜੇ ਆ ਇਸ ਗੱਲ ਦੇ ਵਿੱਚ ਪੂਰਾ ਸਹਿਯੋਗ ਵੀ ਕਰ ਰਹੇ ਨੇ ਸਾਨੂੰ ਇਸ ਗੱਲ ਦੀ। ਬਹੁਤ ਸਾਰੀ ਅੱਜ ਦਾ ਜੋ ਇਹ ਫੰਕਸ਼ਨ ਸੀਗਾ ਅਤੇ ਗੁਰੂ ਨਾਨਕ ਦੇਵ ਜੀ ਦਾ, ਜਿਸ ਤਰ੍ਹਾਂ ਗੁਰਪੁਰਬ 19 ਤਰੀਕ ਦਾ, ਪਰ ਸਾਰੇ ਜਗ੍ਹਾ 'ਤੇ ਇੱਕੋ ਜਮ੍ਹਾਂ ਹੋ ਨਹੀਂ ਸਕਦਾ, ਅਤੇ ਪਹਿਲਾਂ ਸਾਡੇ ਸਕੂਲ ਦੇ ਵਿੱਚ ਇਹ ਮਨਾਇਆ ਗਿਆ। ਇੱਥੇ ਅੱਜ ਬੜੇ ਡਿਸਿਪਲਨ 'ਚ, ਤੁਸੀਂ ਵੀ ਸਾਰਿਆਂ ਨੇ ਦੇਖਿਆ ਜਿਸ ਤਰ੍ਹਾਂ ਬੱਚਿਆਂ ਨੇ ਆਪਣੀ ਪਰਫੋਰਮ ਕੀਤੀ ਅਤੇ ਬਹੁਤ ਵਧੀਆ ਕੀਤੀ, ਅਤੇ ਇੱਥੋਂ ਪਤਾ ਲੱਗਦਾ ਵੀ ਇਸ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਕਿੰਨਾ ਮਿਹਨਤੀ ਆ, ਅਤੇ ਇਸ ਸਕੂਲ ਦੇ ਵਿੱਚ ਜੋ ਕੋਰਸ ਦੇ ਵਿੱਚ ਹੋਰ ਸਕੂਲਾਂ ਦੇ ਵਿੱਚ ਸਟਰੈਂਥ ਘਟੀ ਆ, ਇਸ ਸਕੂਲ ਦੇ ਵਿੱਚ ਸਟਰੈਂਥ ਵਧੀਆ, ਅਤੇ ਇਸ ਕਰਕੇ ਸਾਰਾ ਸਿਹਰਾ ਸਾਡੀ ਮੈਨੇਜ ਕਮੇਟੀ ਅਤੇ ਸਮੂਹ ਸਟਾਫ ਉਹਨਾਂ ਨੂੰ ਜਾਂਦਾ, ਅਤੇ ਜੋ ਇਹ ਨਨਕਾਣਾ ਸਾਹਿਬ ਪਬਲਿਕ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਕਰ ਰਿਹਾ। ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ, ਇਹਦੇ 'ਤੇ ਤੁਸੀਂ ਸਮਾਜ ਨੂੰ ਔਰ ਬੱਚਿਆਂ ਨੂੰ ਕੀ ਸੰਦੇਸ਼ ਦੇਣਾ?
ਇਹ 'ਚ ਆ ਵੀ ਸਾਡੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿਰਤ ਕਰੋ ਵੰਡ ਛਕੋ ਨਾਮ ਦੇ। ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਜੋ ਬੰਦਾ ਕਿਰਤ ਕਰਕੇ ਅਤੇ ਉਹ ਲੋਕਾਂ 'ਚ ਵੰਡ ਕੇ ਛਕਦਾ ਅਤੇ ਨਾਮ ਜਪਦਾ ਅਤੇ ਉਹ ਆਪਣੀ ਜ਼ਿੰਦਗੀ ਆ ਜਿਹੜੀ ਉਹ ਵਧੀਆ ਸਫਲ ਕਰ ਜਾਂਦਾ। ਇਹੀ ਸਾਡਾ ਸੰਦੇਸ਼ ਆ ਵੀ ਗੁਰੂ ਨਾਨਕ ਦੇਵ ਜੀ ਦੇ ਕਹੇ ਸ਼ਬਦਾਂ 'ਤੇ ਅਸੀਂ ਇੰਨੇ ਵੀ ਅਰਥ ਕਰ ਲਈਏ, ਇਹ 'ਤੇ ਇੱਕ ਵਿਸ਼ਵਾਸ ਕਰ ਲਈਏ ਤਾਂ ਸਾਡੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਨਾਲ ਬਸਰ ਹੋ ਸਕਦੀ। ਠੀਕ ਹੈ, ਥੈਂਕ ਯੂ।